ਤਾਰ ਭਾਈ ਅੱਜ ਜਿਹੜੀ ਤੁਹਾਨੂੰ ਅਸੀਂ ਚੀਜ਼ ਖਿਲਾ ਰਹੇ ਉਹਦਾ ਨਾਮ ਹੈਗਾ ਕੀਸ਼। ਕੀਸ਼ ਕੀਸ਼ ਇਹਦਾ ਕੀ ਨਾਮ ਦੱਸਿਆ ਜਨਾਬ? ਕੀਸ਼ ਇਹ ਕੀਚੀ ਦੇ ਗਏ ਜਨਾਬ, ਕੋਈ ਖਾਣ ਵਾਲਾ ਕੋਈ ਬਿਸਕੁਟ ਹੈ, ਕੋਈ ਕੇਕ ਹੈ, ਕੀਚੀ ਦੇ ਗਿਆ ਕੀਸ਼। ਕਿ ਕੀਸ਼ ਹੈ ਖਾਣ ਵੀ ਹੈ? ਸ਼ਵਾ ਕੀਸ਼ ਫ੍ਰੈਂਚ ਆਈਟਮ ਹੈਗੀ ਹੈ, ਬਾਹਰ ਦੇ ਮੁਲਕਾਂ ਲੋਕ ਖਾਂਦੇ ਆ। ਇੰਨੀਆਂ ਆਈਟਮਾਂ ਦੇ ਨਾਲ ਤਿਆਰ ਹੁੰਦੀ, ਫਿਰ ਜਲਦੀ ਕਰੋ, ਦੇਰ ਕਾਹਦੀ ਲਾ ਰਹੇ ਹੋ। ਕੀਸ਼ ਹੈ ਜੀ, ਤੈਂ ਲੱਗਦਾ ਇਸ ਤਰ੍ਹਾਂ ਪੀਦੇ ਨੇ ਬੱਚਾ ਦਿੱਤਾ ਹੈ। ਖੁਸ਼ਬੂ ਆ ਉਹ ਰੰਗ ਬਿਰੰਗੀਆਂ ਆ ਰਹੀਆਂ ਵਿੱਚੋਂ, ਇਹ ਨਹੀਂ ਕਿ ਇੱਕੋ ਹੀ ਚੀਜ਼ ਦੀ ਖੁਸ਼ਬੂ ਆ ਰਹੀ, ਜਿੰਨੀਆਂ ਚੀਜ਼ਾਂ ਪਈਆਂ ਸਭ ਦੀ ਖੁਸ਼ਬੂ ਮਿਕਸ ਹੋ ਕੇ ਆ ਰਹੀ। ਮਕਾਈ ਦੀ ਰੋਟੀ ਦੇ ਵੀ ਇਸ ਤਰ੍ਹਾਂ ਟਿਕੜੇ ਬਣਦੇ ਨੇ, ਉਹ ਵੀ ਜਨਾਬ ਵੀ ਐਦੋ ਕਦੇ ਹੁੰਦੇ ਨੇ। ਉਹਦੇ 'ਚ ਹੈ ਕਿ ਸਬਜ਼ੀਆਂ ਸੁਬਜ਼ੀਆਂ ਇਹ ਜਿਹਦੇ ਸਬਜ਼ੀ ਖਾਈ ਕਿ ਜੇ ਉਹਦੇ 'ਚ ਮਕਾਈ ਰੋਟੀ ਜਾਂ ਸਾਗ ਵਗੈਰਾ ਰੱਖਿਆ ਜਾਂਦਾ। ਇਹ ਹਰੀਆਂ ਮਿਰਚਾਂ ਨੇ ਜਾਂ ਸ਼ਿਮਲੇ ਦੀਆਂ ਮਿਰਚਾਂ? ਸ਼ਿਮਲੇ ਦੀਆਂ ਮਿਰਚਾਂ। ਤੁਸੀਂ ਚਾਹੋ ਤਾਂ ਨਾ ਵੀ ਖਾਓ, ਉਹਦਾ ਕੋਈ ਫੁੱਲ ਛੁੱਲ ਬਣਾ ਲਓ, ਕੋਈ ਡਿਜ਼ਾਇਨ ਬਣਾ ਲਓ, ਪਿਆਜ਼ ਮਸਾਲੇ ਅਦਰਕ ਵਗੈਰਾ ਦੀ। ਮਾਸ਼ਾਅੱਲਾ ਖੁਸ਼ਬੂ ਬੜੀ ਪਿਆਰੀ ਬਣੀ ਆ, ਖੁਸ਼ਬੂ ਪਿਆਰੀ ਚੀਜ਼ ਵੀ ਬੜੀ ਪਿਆਰੀ ਬਣੀ ਹੋਈ ਹੈ। ਯਾਰ ਕਿੰਨੀਆਂ ਚੀਜ਼ਾਂ ਪਾ ਕੇ ਇਹਨੂੰ ਤੁਸੀਂ ਤਿਆਰ ਕੀਤਾ, ਅਤੇ ਇਹਦਾ ਮਤਲਬ ਕਿ ਇਹਦੇ ਕੁਛ ਤਾਂ ਬਣ ਗਿਆ, ਅਤੇ ਜਿਹੜਾ ਜਿਹੜਾ ਇਹਨੂੰ ਖਾਏਗਾ ਉਹ ਇੰਝ ਫਿੱਟ ਹੁੰਦਾ ਜਾਏਗਾ। ਅਤੇ ਚੈੱਕ ਕਰਦੇ ਹਾਂ ਖਾ ਕੇ ਕੀ ਚੀਜ਼ ਹੈਗੀ। ਬਿਸਮਿਲਲਾਹ ਰਹਿਮਾਨ ਰਹਿਮ। ਬਈ ਤੁਸੀਂ ਖਾਓਗੇ? ਬਿਸਮਿਲਲਾਹ ਰਹਿਮਾਨ ਰਹਿਮ। ਕੀਸ਼ ਸਾਡੇ ਇੱਥੇ ਤਾਂ ਹੁੰਦੇ ਨੇ ਨਾਨ, ਆਲੂ ਵਾਲਾ ਨਾਨ, ਬੇਸਣ ਵਾਲਾ, ਕੀਮੇ ਵਾਲਾ ਹੋ ਗਿਆ। ਕਿਆ ਬਾਤ ਹੈ ਜੀ, ਬਾਕੀ ਤਿੰਨ ਚਾਰ ਚੀਜ਼ਾਂ ਨਾਲ ਤਿਆਰ ਹੋਈ ਅਤੇ ਬਾਕੀ ਚੀਜ਼ਾਂ ਪਤਾ ਲੱਗ ਰਿਹਾ। ਬਸ ਮਾਸ਼ਾ ਹੈ ਨਰਮ ਜਾਂਦੀ, ਮੈਦੇ ਨਹੀਂ ਬਣਿਆ ਹੁੰਦਾ। ਆਹਾ ਬੜੀ ਮਜ਼ੇਦਾਰ ਹੈ, ਬਹੁਤ ਮਜ਼ੇਦਾਰ। ਯਕੀਨ ਕਰੋ ਕਿ ਜਿੰਨੀ ਤਾਰੀਫ ਕੀਤੀ ਜਾਵੇ ਉਨੀ ਘੱਟ ਹੈ। ਚਿਕਨ ਦੇ ਵੀ ਮਜ਼ੇ ਵਿੱਚ ਆ ਰਹੇ ਨੇ, ਚੀਜ਼ ਦੇ ਮਜ਼ੇ ਆ ਰਹੇ ਨੇ, ਸਬਜ਼ੀ ਦਾ ਮਜ਼ਾ ਆ ਰਿਹਾ ਵੀ ਸਬਜ਼ੀ ਮੈਨੂੰ ਲੱਗਦਾ ਕੋਈ ਪੇਸ਼ ਸ਼ਿਮਲੇ ਦੀ ਮਿਰਚ। ਯਾਰ ਜ਼ੈਕਾ ਜਿਹੜਾ ਆ ਰਿਹਾ, ਜ਼ੈਕਾ ਇਸ ਤਰ੍ਹਾਂ ਜਿਵੇਂ ਅਸੀਂ ਪੀਜ਼ਾ ਵਗੈਰਾ ਖਾਂਦੇ ਹਾਂ, ਜਾਂ ਕੋਈ ਇਹੋ ਜਿਹੀ ਚੀਜ਼ ਜਿਵੇਂ ਰੋਗਦੀ ਨਾਨ ਹੋ ਗਿਆ, ਉਹਦੇ 'ਚ ਆਂਡਾ ਵਗੈਰਾ ਲਾ ਕੇ ਖਾਂਦੇ ਹਾਂ। ਅਸੀਂ ਜ਼ੈਕਾ ਕਰੀਮ ਵੀ ਦੀ ਤਰ੍ਹਾਂ ਆ ਰਿਹਾ, ਚੀਜ਼ ਵੀ ਆ ਰਹੀ ਹੈ ਵਿੱਚ, ਮੱਛੀ ਦਾ ਜ਼ੈਕਾ ਵੀ ਆ ਰਿਹਾ। ਅਤੇ ਜੇ ਘਰ ਖਾਣਾ ਹੋਵੇ ਤਾਂ ਫਿਰ ਚਾਹ ਦਾ ਇੱਕ ਕੱਪ ਬਣਾ ਲਿਆ ਕਰੋ, ਯਕੀਨ ਕਰੋ ਮਿੱਠੀ ਚਾਹ ਹੋਵੇ ਨਾ, ਉਹਦੇ ਡਬੋ ਕੇ ਖਾਓਗੇ ਤਾਂ ਤੁਹਾਨੂੰ ਬੜਾ ਮਜ਼ਾ ਆਏਗਾ ਇਹਦਾ, ਮਿੱਠੀ ਮਿੱਠੀ ਚਾਹ ਨਾਲ। ਬਾਕੀ ਕੰਮ ਬੜਾ ਸੁਆਦੀ ਹੈ, ਬੜੀ ਮਜ਼ਾ ਚੀਜ਼ ਬਣ ਗਈ ਹੈ। ਵਾਹ, ਪਹਿਲੀ ਦਫ਼ਾ ਖਾ ਰਹੇ ਹਾਂ ਇਸ ਤਰ੍ਹਾਂ ਦੀ ਕੀਸ਼। ਅਕਸਰ ਇਹ ਸਾਡੇ 'ਚ ਇਹੋ ਜਿਹਾ ਸ਼ੀਰ ਮਾਲ ਵੀ ਮਿਲਦਾ ਹੈ, ਲੇਕਿਨ ਸ਼ੀਰ ਮਾਲ ਕੀ ਹੁੰਦਾ ਕਿ ਕਿਸ਼ਮਿਸ਼ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਜਿਵੇਂ ਜਲਦੇ ਮਿਠਾਈਆਂ, ਪੈਂਠੇ ਮਿਠਾਈ ਵਗੈਰਾ ਪਾਈ ਹੁੰਦੀ, ਉਹ ਵੀ ਇਹੋ ਜਿਹਾ ਹੁੰਦਾ, ਲੇਕਿਨ ਉਹ ਮਿੱਠਾ ਹੁੰਦਾ, ਇਹ ਨਮਕੀਨ, ਲੇਕਿਨ ਨਰਮ ਉਹਦੇ ਤਰ੍ਹਾਂ ਹੈਗਾ। ਤਾਂ ਹੀ ਤਾਂ ਮੈਂ ਕਹਿੰਦਾ ਲੋਕ ਫਿੱਟ ਕਿਉਂ ਹੋ ਗਏ ਨੇ, ਤਾਕਤਵਰ ਕਿਉਂ ਨੇ? ਅਸੀਂ ਲੱਸੀਆਂ ਪੀਣੀਆਂ, ਭੂਕੀਆਂ ਵਜੀਆਂ ਸਾਡੀਆਂ, ਕੋਈ ਚੱਕਰ ਹੀ ਨਹੀਂ। ਅਸਲ ਵਿੱਚ ਬਾਹਰ ਦੇ ਲੋਕ ਜਿਹੜੇ ਨਾ ਲੂਣ ਮਿਰਚਾਂ ਤੋਂ ਜ਼ਿਆਦਾ ਮਿਰਚ ਵਾਲਾ ਖਾਣਾ ਖਾਣਾ ਪਸੰਦ ਨਹੀਂ ਕਰਦੇ ਸ਼ਾਇਦ, ਇਸ ਲਈ ਉਹਨਾਂ ਨੇ ਉਹ ਖੋਪੜੀ ਵਾਲੇ ਪਾਪੜ ਬਣਾਏ ਨੇ। ਜਦੋਂ ਉਹਨਾਂ ਦਾ ਦਿਲ ਕਰਦਾ ਨਾ ਕਿ ਯਾਰ ਕੋ ਲੂਣ ਮੇਰੇ 'ਚ ਖਾ ਲਈਏ, ਕੋਈ ਤੇਜ਼ ਮੇਰੇ 'ਚ, ਇੱਕ ਅੱਧਾ ਪਾਪੜ ਹੀ ਅੱਧਾ ਕੁ ਖਾ ਕੇ ਅਤੇ ਰੱਖ ਦਿੰਦੇ ਨੇ। ਸੀਫੂਡ ਸੀਫੂਡ ਕੀ ਹੈ? ਸੀਫੂਡ ਵਿੱਚ ਆ ਜਾਂਦੇ ਆ ਝੀਂਗੇ ਆ ਜਾਂਦੇ ਆ, ਚੌਡਰ ਆ ਜਾਂਦੇ ਆ, ਮਸ਼ਰੂਮਸ ਆ ਜਾਂਦੇ ਆ। ਅੱਛਾ, ਹਾਂ ਯਾਰ ਵੇਖਿਆ ਜੇ ਤਾਂ ਚੀਜ਼ਾਂ ਦੀ ਬਣੀਆਂ ਪਾਈਆਂ, ਕੈਸੀ ਸੈਂਸ ਨਾਲ ਚੀਜ਼। ਵੈਸੇ ਜਿਵੇਂ ਸਾਡੇ ਕੜਾਹੀ ਗੋਸ਼ ਯੇ ਉਹ ਮਟਰ ਪਿਆਜ਼ ਯੇ ਉਹ ਪਕਾ ਕੇ ਪਕਾਉਂਦੇ ਨੇ, ਦੇਖੋ ਉਹ ਹਾਂਡੀ ਪੱਕਦੀ ਹੈ। ਇੱਕ ਖਾ ਲਓ ਤਾਂ 10 ਰੋਟੀਆਂ ਜਿੰਨਾ ਤਾਕਤ ਆ, ਮੈਂ ਜ਼ਿਆਦਾ ਤੋਂ ਜ਼ਿਆਦਾ 3 ਖਾ ਲਾਂਗਾ। ਅਤੇ ਸਾਡੇ ਇੱਥੇ ਤਾਂ ਹਰ ਤਰ੍ਹਾਂ ਦੀ ਮਿਰਚ ਚੱਲਦੀ, ਸੁਰਖ ਮਿਰਚ, ਸਫੈਦ ਮਿਰਚ, ਹਰੀ ਮਿਰਚ, ਕਾਲੀ ਮਿਰਚ। ਬਾਕੀ ਚੀਜ਼ ਮਜ਼ੇਦਾਰ ਬਣ ਗਈ ਜਿਹੜੀਆਂ ਵੀ ਪਈਆਂ ਨੇ ਆਈਟਮਾਂ ਇਹਦੇ 'ਚ।
ਕਮਾਲ ਦਾ ਜ਼ਾਇਕਾ ਬਣ ਗਿਆ ਯਾਰ ਇਹਦਾ। ਮੈਦਾ ਦੇ ਵਿੱਚ ਗੋਸ਼ਤ ਵੀ ਪਾ ਦਿੱਤਾ ਹੈ, ਵਿੱਚ ਸ਼ਿਮਲੇ ਮਿਰਚ ਵੀ ਪਾ ਦਿੱਤੀ ਹੈ, ਚੀਜ਼ ਅਕਸ਼ੀ ਅਕਸੀ ਪੀਜ਼ੇ ਵਗੈਰਾ ਖਾਣ ਚੀਜ਼ ਵੀ ਵਿੱਚ ਪਾ ਦਿੱਤੀ ਹੈ, ਕਰੀਮ ਵਗੈਰਾ ਪਈ ਹੋਈ ਹੈ ਅਤੇ ਬੜਾ ਨਰਮ ਜਿਹਾ ਬਣਿਆ ਹੋਇਆ। ਝੀਂਗਾ ਮੱਛੀ ਤਾਂ ਵੈਸੇ ਹੀ ਬੜੀ ਤਾਕਤਵਰ ਚੀਜ਼ ਹੈਗੀ, ਉਹਦੇ ਤੇਲ ਨਿਕਲਦਾ ਇੰਨੀ ਜਿਹੀ ਹੁੰਦੀ ਹੈ, ਅਤੇ ਕਹਿੰਦੇ ਨੇ ਬੜੀ ਮਹਿੰਗੀ ਮੱਛੀ ਵੀ ਮਿਲਦੀ ਹੈ। ਅਤੇ ਜੇ ਇਹਦਾ ਕੋਈ ਤੁਹਾਨੂੰ ਤਿੱਬੀ ਫਾਇਦਾ ਚਾਹੀਦਾ ਹੋਵੇ ਨਾ, ਅਤੇ ਇਹਦੇ ਤਿੱਬੀ ਫਾਇਦੇ ਵੀ ਬੜੇ ਜੇ। ਬਸ ਨਾ ਸਪੈਸੀ ਹੈ ਨਾ ਭਾਈ ਹੈ, ਇੰਨੀ ਫਿੱਕੀ ਹੈ ਕਿ ਜਿਹੜੀ ਬੰਦੇ ਖਾ ਨਾ ਸਕੇ। ਬਰਾ ਚੀਜ਼ ਵੈਸੇ ਖਾਣ ਵਾਸਤੇ ਬੜੀ ਗਰਮ ਅਤੇ ਬੜੀ ਨਰਮ ਜੀ ਹੈਗੀ ਹੈ। ਵਾਹ ਵਾਹ, ਇਹ ਤਾਂ ਭਰੀਗਾ ਮੱਛੀ ਬਹੁਤ ਕਮਾਲ ਮੱਛੀ ਹੈ, ਨਾ ਕੋਈ ਸਮੈਲ, ਨਾ ਕੋਈ ਲੈਣਾ, ਨਾ ਕੋਈ ਦੇਣਾ, ਇੰਨਾ ਅੱਛਾ ਮਜ਼ਾ ਆ ਰਿਹਾ ਯਕੀਨ ਕਰੋ। ਸ਼ਿਮਲਾ ਮਿਰਚ ਦੇ ਬੜੇ ਫਾਇਦੇ ਨੇ ਅਤੇ ਚੀਜ਼ ਜਿਹੜੀ ਹੈ ਉਹਦੇ ਵੀ ਬੜੇ ਫਾਇਦੇ ਨੇ। ਕਿਆ ਬਾਤ ਹੈ ਜੀ, ਮਾਸ਼ਾਅੱਲਾ, ਯਕੀਨ ਕਰੋ ਬੜਾ ਮਜ਼ਾ ਆ ਰਿਹਾ ਜੇ। ਪੀਜ਼ਾ ਨਹੀਂ, ਪੀਜ਼ਾ ਉਸ ਤਰ੍ਹਾਂ ਦਾ ਵੀ ਇਹਦੇ 'ਚ ਆ ਰਿਹਾ ਟੇਸਟ, ਲੇਕਿਨ ਉਹ ਹੋਰ ਜ਼ਾਇਕਾ ਦਾ ਹੁੰਦਾ ਸੀ, ਇਹਦਾ ਸਵਾਦ ਹੀ ਕੁੱਲਾ ਦਾ ਆ, ਇਹਦਾ ਮਜ਼ਾ ਹੀ ਕੁੱਲਾ ਦਾ ਆ ਰਿਹਾ। ਹਲਕੀ ਫੁਲਕੀ ਭੁੱਖ ਲੱਗੀ ਹੋਈ, ਯਾਨੀ ਕਿ ਜਿਸ ਟਾਈਮ ਸ਼ੂਗਰ ਮੇਲਾ ਹੋਵੇ, ਚਾਹ ਦਾ ਟਾਈਮ ਹੋਵੇ, ਉਸ ਟਾਈਮ ਤੁਸੀਂ ਇਹ ਜਿਹਾ ਖਾ ਸਕਦੇ ਹੋ। ਕਿਆ ਮਜ਼ੇ ਨੇ ਜਨਾਬ, ਪਹਿਲੀ ਦਫ਼ਾ ਮੈਂ ਜ਼ਿੰਦਗੀ 'ਚ ਖਾ ਰਿਹਾ ਇੰਨੀਆਂ ਚੀਜ਼ਾਂ ਲਾ ਕੇ, ਜੋ ਮੇਰੇ ਵਾਸਤੇ ਬਣਾਇਆ ਗਿਆ, ਜੋ ਮੈਂ ਖਾ ਰਿਹਾ, ਔਰ ਮੈਂ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਕਿ ਮੈਂ ਫਰਾਂਸ 'ਚ ਬੈਠਾ ਹਾਂ। ਅਸਲ 'ਚ ਇਹੋ ਜਿਹੀਆਂ ਨਾ ਚੀਜ਼ਾਂ ਤੁਹਾਡੇ ਜਿਹੜੇ ਸਨ ਨਾ ਵੱਡੇ ਬਜ਼ੁਰਗ, ਉਹਨਾਂ ਨੇ ਇਸ ਲਈ ਕੱਢੀਆਂ ਸੀ, ਤੁਸੀਂ ਨਾਲ ਗੱਲਾਂ ਬਾਤਾਂ ਵੀ ਕਰੀ ਜਾਓ, ਨਾਲ ਕੋਈ ਚੀਜ਼ ਵੀ ਖਾਈ ਜਾਓ। ਇਹਨੂੰ ਥੋੜ੍ਹਾ ਬੰਦਾ ਵੱਡਾ ਕਰਕੇ ਬਣਾ ਲਵੇ ਪਰੇਡ ਜਿੰਨਾ, ਫਿਰ ਭਾਅ ਜੀ ਆਏ ਉਦੋਂ ਗਰਮ ਗਰਮ ਅਤੇ ਨਾਲ ਕੀ ਯਾਰ ਇਹਦੇ ਸਵਾਦ ਹੋਣੇ, ਅਤੇ ਬੰਦਾ ਫਿਰ ਤਸੱਲੀ ਹੋਈ ਹੈ ਤਾਂ ਭਾਅ ਜੀ ਪੇਟ ਨਹੀਂ ਭਰ ਸਕਦਾ ਬੰਦਾ, ਮਜ਼ੇ ਇਹਦੇ ਲੈ ਸਕਦਾ ਕਿ ਭੁੱਖ ਲੱਗੀ ਥੋੜ੍ਹਾ ਬਹੁਤਾ ਖਾਣਾ ਖਾਣਾ ਅਤੇ ਇਹਨੂੰ ਖਾ ਲਵੇ ਬੰਦਾ। ਵਿੱਚ ਹਲਕਾ ਹਲਕਾ ਖੱਟਾ ਖੱਟਾ ਜ਼ਾਇਕਾ ਵੀ ਆ ਰਿਹਾ, ਜਿਵੇਂ ਕਹਿੰਦੇ ਜਿਵੇਂ ਕੋਈ ਨਿੰਬੂ ਵਗੈਰਾ ਜਾਂ ਕੋਈ ਟਮਾਟਰ ਵਗੈਰਾ ਵਿੱਚ ਪਾਇਆ ਹੋਵੇ, ਟਮਾਟਰ ਦਾ ਜ਼ਾਇਕਾ ਵੀ ਆ ਰਿਹਾ। ਹਾਂ, ਇਹ ਵੀ ਲੱਗਦਾ ਮੈਨੂੰ ਨਾਨ ਦਾ ਰਿਸ਼ਤੇਦਾਰ ਹੀ ਹੈ। ਮਨ ਤਾਂ ਵੈਸੇ ਇੰਝ ਹੀ ਲੱਗਦਾ ਜਿਸ ਤਰ੍ਹਾਂ ਕੋਈ ਸਾਦਾ ਜਿਹਾ ਕੇਕ ਨਹੀਂ ਹੁੰਦਾ, ਬੰਦਾ ਉਹ ਕੇਕ ਹੀ ਖਾ ਰਿਹਾ ਜੀ, ਕਿਉਂਕਿ ਇਹਦਾ ਜਿਹੜਾ ਨਾ ਥੱਲੇ ਵਾਲਾ ਹਿੱਸਾ ਉਹਨਾਂ ਨੇ ਬੜਾ ਮਜ਼ੇਦਾਰ ਬਣਾਇਆ। ਇਹ ਵੇਖੋ ਜਨਾਬ, ਇੰਝ ਲੱਗ ਰਿਹਾ, ਹਾਂ ਲੱਗਦਾ ਝੀਂਗਾ ਹੀ ਹੈਗਾ, ਝੀਂਗਾ ਵੀ ਵਿੱਚ ਪਾਇਆ ਹੋਇਆ। ਜਿਹੜਾ ਸਾਡੇ ਉੱਥੇ ਨਾਨ ਮਿਲਦਾ ਨਾ ਆਲੂ ਵਾਲਾ, ਉਹ ਲੱਗਦਾ ਗਰੀਬ ਲੋਕਾਂ ਨਾਲ ਤਲਕ ਰੱਖਦਾ, ਜਿਹੜਾ ਇਹ ਹੈਗਾ ਇਹ ਅਮੀਰ ਲੋਕਾਂ ਨਾਲ ਤਲਕ ਰੱਖਦਾ, ਜਿਹਦੇ 'ਚ ਇੰਨੀਆਂ ਚੀਜ਼ਾਂ ਪਾਈਆਂ ਨੇ। ਤੁਸੀਂ ਸਾਡੀ ਵੀਡੀਓ ਨੂੰ ਦੋਸਤਾਂ ਨਾਲ ਵੀ ਸ਼ੇਅਰ ਕਰਿਆ ਕਰੋ, ਕਿਉਂਕਿ ਉਹਨਾਂ ਨੂੰ ਵੀ ਪਤਾ ਹੋਵੇ, ਨਾਲੇ ਪੈਟਰੀਓਨ 'ਤੇ ਵੀ ਸਾਨੂੰ ਇੱਥੇ ਸਪੋਰਟ ਕਰਿਆ ਕਰੋ, ਇੱਥੇ ਵੀ ਕਲਿੱਕ ਕਰ ਦਿਆ ਕਰੋ, ਸਾਡੀ ਵੀਡੀਓ ਦੇ ਨਜ਼ਾਰੇ ਲਿਆ ਕਰੋ, ਨਾਲੇ ਤੁਹਾਨੂੰ ਮਜ਼ੇ ਆਉਣਗੇ, ਇੰਜੋਏ ਕਰੋਗੇ। ਅੱਲਾ ਹਾਫਿਜ਼।